ਪੰਜਾਬੀ ਦੇ ਆਨਸਰਸ ਦੇਖਦੇ ਆ ਜੀ ਪਿਆਰਾ ਸਿੰਘ ਪਦਮ ਦੀ ਰਚਨਾ ਹੈ ਮਹਾਕਵੀ ਕਾਲੀਦਾਸ ਅਰਸ਼ਾਂ ਦੇ ਵਿੱਚ ਕੁਦਰਤ ਦੇਵੀ ਸਾਨੂੰ ਨਜ਼ਰ ਆਈ ਕਾਵ ਸਤਰ ਹੈ ਭਾਈ ਵੀਰ ਸਿੰਘ ਦੀ ਸੋਨੇ ਦੀ ਲੰਕਾ ਬਣਾਉਣਾ ਪਰਛਾਵੇਂ ਤੋਂ ਡਰਨਾ ਦੂਰ ਰਹਿਣ ਦੇ অপਸ਼ਨ ਸੀ ਕਰੈਕਟ ਹੋਵੇਗਾ ਸੱਗੀ ਫੁੱਲ ਹੈ ਇੱਕ ਗਹਿਣਾ ਬਾਜੀ ਉਪਪਾਚਾ ਕਿਹੜੇ ਦੋ ਦਰਿਆਵਾਂ ਦੇ ਵਿੱਚ ਕਾਰਵਾਲ ਖੇਤਰ ਵਿੱਚ ਬੋਲੀ ਜਾਂਦੀ ਹੈ ਰਾਵੀ ਅਤੇ ਬਿਆਸ ਅਰਧ ਸਵਾਰ ਹਨ ਯਈਆ ਤੇ ਵਾਵਾ ਕਾਵਿ ਅੰਜਨ ਦੀ ਕਿਸਮ ਹੈ ਤੇ ਇਹ ਆਵੇਗੀ অপਸ਼ਨ ਸੀ ਦੰਤੀ ਗੁਰਮੁਖੀ ਲਿੰਪੀ ਵਿੱਚ ਲਗਾਖਰਾਂ ਦੀ ਗਿਣਤੀ ਹੈ 3 ਕਿਸ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਗਿਆ ਹੈ ਭਾਈ ਗੁਰਦਾਸ ਜੀ इश्क ਦੀ ਨਵੀਂੋ ਨਵੀਂ ਬਹਾਰ ਕਾਫੀ ਹੈ ਬੁੱਲੇ ਸ਼ਾਹ ਦੀ ਯਾਰੋ ਪੀਲੂ ਨਾਲ ਬਰਾਬਰੀ ਸ਼ਾਇਰ ਪੁਲਕ੍ਰੇਣ ਕਾਵਿ ਸਤਰ ਹੈ ਹਾਫਿਜ਼ ਬਰਖੁਦਾਰ ਦੀ ਰਾਜਾ ਰਿਤੂਪਰਨ ਕਿਸ ਦੀ ਕਿਸ ਕਥਾ ਦਾ ਪਾਤਰ ਹੈ ਨਾਲ ਅਤੇ ਦਮਯੰਤੀ ਅਮੜੀ ਦਾ ਵੇੜਾ ਰਚਨਾ ਦੀ ਵਿਦਾ ਹੈ ਅਮੜੀ ਦਾ ਵੇੜਾ ਇੱਕ ਕਵਿਤਾ ਹੈ ਜੋ ਕਿ ਅਮਰਤਾ ਪ੍ਰੀਤਮ ਦੀ ਹੈ ਵੈਮਿਟਾਇਆ ਕਿਸ ਦੀ ਵਾਰਤਕ ਰਚਨਾ ਹੈ ਤੇ ਇਸ ਦਾ ਆਨਸਰ ਆਵੇਗਾ ਸੂਬਾ ਸਿੰਘ